ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਜੀ, ਸਾਡਾ ਕੁਸ਼ਚਨ ਹੈਗਾ 4 ਚੇਅਰਸ ਐਂਡ 3 ਟੇਬਲਸ ਕੋਸ 2100 ਐਂਡ 5 ਚੇਅਰਸ ਐਂਡ 2 ਟੇਬਲਸ ਕੋਸਟ 1750 ਰੁਪੀਸ। ਨਾਉ ਰਿਪ੍ਰੈਜ਼ੈਂਟ ਦਿਸ ਸਿਚੁਏਸ਼ਨ ਐਲਜੈਬਰਿਕਲੀ ਐਂਡ ਗ੍ਰਾਫਿਕਲੀ। ਵੇਖੋ ਜੀ, ਕੁਸ਼ਚਨ 'ਚ ਪਹਿਲਾਂ ਤਾਂ ਇੱਥੇ ਇੱਕ ਪੁੱਟੂ ਦਾ ਸਾਈਨ ਹੈਗਾ, ਚੰਗਾ ਜੀ, ਕਨਫਿਊਜ਼ ਨਾ ਹੋਇਓ। ਅਤੇ ਇਹਨੇ ਆਖਿਆ ਐਲਜੈਬਰਿਕਲੀ ਵੀ ਸੋਲਵ ਕਰਕੇ ਦਿਖਾਓ। ਇਹਨੇ ਬਸ ਸੋਲਵ ਕਰਨ ਨੂੰ ਨਹੀਂ ਆਖਿਆ, ਇਹਨੇ ਸਿਰਫ ਰਿਪ੍ਰੈਜ਼ੈਂਟ ਕਰਨ ਨੂੰ ਆਖਿਆ। ਥੋੜ੍ਹਾ ਜਿਹਾ ਧਿਆਨ ਦਿਓ, ਰਿਪ੍ਰੈਜ਼ੈਂਟ ਦਾ ਮਤਲਬ ਹੁੰਦਾ ਬਸ ਲਿਖ ਕੇ ਛੱਡਣਾ ਆਪਾਂ, ਅਤੇ ਗ੍ਰਾਫਿਕਲੀ ਆਪਾਂ ਦੇਖੋ ਗ੍ਰਾਫ ਬਣਾਉਣਾ ਆਪਾਂ, ਉਹਦਾ ਫਿਰ ਵੇਖ ਲੈਂਦਾ ਕਿਵੇਂ ਬਣਾਈਦਾ। ਦੇਖੋ ਆਪਾਂ ਸਭ ਤੋਂ ਪਹਿਲਾਂ ਲੈਟ ਕਰੀਦਾ ਕਿ ਲੈਟ ਐਕਸ ਐਂਡ ਵਾਈ ਬੀ ਦਾ ਕੋਸਟ ਆਫ ਅ ਚੇਅਰ ਐਂਡ ਅ ਟੇਬਲ ਰੈਸਪੈਕਟਿਵਲੀ। ਕਹਿਣ ਦਾ ਮਤਲਬ ਹੈ ਮੈਂ ਮੰਨ ਲਿਆ ਕਿ ਚੇਅਰ ਐਕਸ ਰੁਪਏ ਦੀ ਸੀ ਇੱਕ, ਅਤੇ ਟੇਬਲ ਇੱਕ ਵਾਈ ਰੁਪਏ ਦੀ ਸੀਗੀ। ਤਾਂ ਮੇਰੇ ਸਵਾਲ ਦੇ ਹਿਸਾਬ ਨਾਲ ਇਹਨੇ ਆਖਿਆ 4 ਚੇਅਰਾਂ, ਜੇ ਇੱਕ ਚੇਅਰ ਐਕਸ ਰੁਪਏ ਦੀ, 4 ਚੇਅਰਾਂ 4 ਐਕਸ ਰੁਪਏ ਦੀ, ਅਤੇ ਨਾਲੇ ਪਲੱਸ 3 ਟੇਬਲ ਮਤਲਬ 3 ਵਾਈ ਬਰਾਬਰ ਇਹਨੇ ਦਿੱਤਾ 2100 ਰੁਪਇਆ। ਇਹ ਹੋ ਗਿਆ ਜੀ ਤੁਹਾਡੀ ਪਹਿਲੀ ਇਕੁਏਸ਼ਨ, ਚੰਗਾ ਜੀ। ਅਤੇ ਦੂਜਾ ਇਹਨੇ ਆਖਿਆ 5 ਚੇਅਰਾਂ 5x, ਅਤੇ ਦੂਜਾ ਇਹਨੇ ਆਖਿਆ 2 ਟੇਬਲਾਂ ਨਾਲ, ਇਹਦੇ ਟੇਬਲ ਹੈਗੀ ਇੱਕ ਵਾਈ ਰੁਪਏ ਦੀ ਅਤੇ 2 ਵਾਈ ਰੁਪਏ ਦੀ, ਕਿੰਨੇ ਦੀ ਆਖਿਆ ਇਹਨੇ 1750 ਰੁਪਏ ਦੀ। ਚੰਗਾ ਜੀ, ਇਹ ਹੋ ਗਈ ਤੁਹਾਡੀ ਇਕੁਏਸ਼ਨ ਨੰਬਰ 2। ਇਹਨੂੰ ਸਮਝੋ ਮੜਦਾ, ਇਹਨੇ ਆਖਿਆ ਸੀ ਐਲਜੈਬਰਿਕਲੀ ਇਸ ਸਿਚੁਏਸ਼ਨ ਨੂੰ ਰਿਪ੍ਰੈਜੈਂਟ ਕਰੋ। ਲਓ ਜੀ ਆਪਾਂ ਐਲਜੈਬਰਿਕਲੀ ਤਾਂ ਇਹਨੂੰ ਰਿਪ੍ਰੈਜੈਂਟ ਕਰ ਛੱਡਿਆ, ਇੰਨਾ ਕੀ ਸੀਗਾ। ਲੇਕਿਨ ਇਹ ਸਾਨੂੰ ਕਹਿੰਦਾ ਗ੍ਰਾਫਿਕਲੀ ਵੀ ਇਹਨੂੰ ਰਿਪ੍ਰੈਜੈਂਟ ਕਰੋ, ਅਤੇ ਗ੍ਰਾਫਿਕਲੀ ਰਿਪ੍ਰੈਜੈਂਟ ਕਰਨ ਵਾਸਤੇ ਆਪਾਂ ਨੂੰ ਇੱਥੇ ਇਹਦੇ ਲਈ ਗ੍ਰਾਫ ਡਰਾ ਕਰਨਾ ਪੈਣਾ। ਅਤੇ ਮੈਂ ਇਹਨੂੰ ਕਰਕੇ ਵਿਖਾਉਂਦਾ, ਮਾੜਾ ਹੋਰ ਥੱਲੇ ਹੋ ਜਾਂਦਾ, ਹੋ ਗਿਆ ਹੋ ਜਾਂਦਾ ਹੀ ਹੈ। ਮੈਂ ਇੱਦਾਂ ਡਰਾ ਕਰ ਲਿਆ ਗ੍ਰਾਫ, ਨਿੱਕਾ ਦੇ ਡਰਾ ਕਰਾਂਗੇ ਆਪਾਂ, ਵੇਖੀ ਜਾਓ ਜੀ। ਇਹ ਹੋ ਗਿਆ ਤੁਹਾਡਾ ਐਕਸ ਵਾਈ ਪਲੇਨ, ਪਤਾ ਹੈ ਸਾਰਿਆਂ ਨੂੰ ਇਹ ਗੱਲ 'ਤੇ। ਅਤੇ ਮੈਂ ਥੋੜ੍ਹਾ ਹੋਰ ਕੰਮ ਕਰਦਾ ਇਹਦੇ 'ਚ, ਇੱਕ ਸੈਕਿੰਡ ਦੋ ਮੈਨੂੰ। ਆਪਾਂ ਕੀ ਕਰਨਾ, ਇਸ ਇਕੁਏਸ਼ਨ ਦੇ ਵੀ 2 ਸੋਲੂਸ਼ਨ ਲੱਭਣੇ ਆ, ਅਤੇ ਇਸ ਇਕੁਏਸ਼ਨ ਦੇ ਵੀ ਆਪਾਂ ਕਿੰਨੇ ਸੋਲੂਸ਼ਨ ਲੱਭਾਂਗੇ, 2। ਉਹ 'ਚ 3 ਲੱਭਣੇ ਚਾਹੀਦੇ ਨੇ, ਚੰਗਾ ਜੀ। ਪਰ 2 ਵੀ ਵਾਹ ਵਾਹ ਹੀ ਹੁੰਦੇ ਨੇ, ਕੋਈ ਗੱਲ ਹੀ ਨਹੀਂ ਇਹਦੇ 'ਚ। ਇੱਕ ਇਹਦੇ 'ਚ ਸਿੱਧੀ ਲਾਈਨ ਨੂੰ ਖਿੱਚ ਲੈਂਦੇ ਹਾਂ, ਇਹ ਵਿਚਕਾਰ ਦੋ ਕਰਕੇ, ਚੰਗਾ ਜੀ। ਥੋੜ੍ਹਾ ਛੋਟਾ ਬਣ ਗਿਆ, ਕੋਈ ਨਹੀਂ, ਮਾੜਾ ਜਿਹਾ ਐਡਜਸਟ ਕਰ ਲਿਓ। ਵੇਖੋ ਹੁਣ ਮੈਂ ਆਖਿਆ ਜੀ ਇਹ ਹੋ ਗਏ 1 ਅਤੇ 2, ਹੈ ਨਾ। ਇਹ ਲਓ ਜੀ, ਇਹ ਹੋ ਗਏ 1 ਅਤੇ 2। ਮੈਂ ਆਖਿਆ ਜੀ ਇਹ ਹੈਗਾ ਐਕਸ ਅਤੇ ਇਹ ਹੈਗਾ ਜੀ ਵਾਈ। ਮੈਂ ਇੱਥੇ ਇੱਕ ਕੰਮ ਕੀਤਾ, ਮੈਂ ਐਕਸ ਨੂੰ ਰੱਖ ਲਿਆ 0, ਐਕਸ 0 ਰੱਖਦੇ ਵਾਈ ਦਾ ਕਿੰਨਾ ਮਾਣ ਆ ਜੂਗਾ, ਤੁਸੀਂ ਕਰੋਗੇ ਸੋਲਵ ਅਤੇ ਤੁਸੀਂ ਆਖੋਗੇ 700, ਹੈ ਕਿ ਨਹੀਂ। ਐਵੇਂ ਹੁਣ ਮੈਂ ਵਾਈ ਨੂੰ 0 ਕਰਦਾ, ਵਾਈ ਨੂੰ 0 ਕਰਦਾ, ਇਹ ਐਕਸ ਗਲਤੀ ਨਾਲ ਲਿਖਿਆ ਗਿਆ ਹੈ, ਇਹਨੂੰ ਮਿਟਾ ਦਿਉ। ਮੈਂ ਹੁਣ ਜੇ ਵਾਈ ਨੂੰ 0 ਕਰ ਦਿੰਦਾ ਅਤੇ ਇਹ 4 ਡਿਵਾਈਡ 'ਚ ਜਾਊਗਾ, ਇਹਦੇ 'ਤੇ ਕੀ ਆਊ, 5 × 20 ਅਤੇ 100, ਇਹ ਹੋ ਜਾਂਦਾ ਹੈ 25, 525 ਆ ਜੂਗਾ ਜੀ, ਚੰਗਾ ਜੀ। ਇਹ ਤੁਸੀਂ ਸੋਲਵ ਕਰ ਸਕਦੇ ਹੋ ਨਾ, ਮੈਂ ਸਿੱਧਾ ਹੀ ਲਿਖ ਛੱਡਿਆ, ਕੋਈ ਵਾਵਾ ਔਖੀ ਗੱਲ ਨਹੀਂ ਗੀ। ਇੱਥੇ ਐਵੇਂ ਇਹਦੇ ਨਾਲ ਕਰੋ ਐਕਸ ਅਤੇ ਵਾਈ। ਮੈਂ ਆਖਿਆ ਐਕਸ ਨੂੰ 0 ਕਰਤਾ ਜੀ ਆਪਾਂ, ਜਿਵੇਂ ਮੈਂ ਐਕਸ ਨੂੰ 0 ਕਰਦਾ ਵਾਈ ਦਾ ਮਾਨ ਕੀ ਆ ਜੂਗਾ, 1750 ਨੂੰ 2 ਨਾਲ ਭਾਗ ਦੇ ਛੱਡੋ। 2 ਨਾਲ ਕਰਦੇ ਸਾਰ ਹੀ ਇਹਨੇ ਦੇ ਦੇਣਾ 8, 16 ਅਤੇ 15, 7 ਅਤੇ 75, 875 ਆ ਜੂਗਾ, ਚੰਗਾ ਜੀ। ਫਿਰ ਆਪਾਂ ਕੀ ਕਰਦੇ ਹੁਣ, ਐਰ ਕਿ ਆਪਾਂ ਵਾਈ ਨੂੰ 0 ਕਰ ਲੈਂਦੇ ਹਾਂ ਅਤੇ ਐਕਸ ਕਿੰਨਾ ਆ ਜੂਗਾ, ਤੁਸੀਂ ਆਖੋਗੇ 5 × 15 = 25, 50, 350। ਵੇਖੋ ਕਿੰਨੇ ਵੱਡੇ ਵੱਡੇ ਪੁਆਇੰਟ ਆਏ ਨੇ। ਤਾਂ ਆਪਾਂ ਕੀ ਕਰਦੇ ਹਾਂ, ਗ੍ਰਾਫ ਡਰਾ ਕਰਨ ਵਾਸਤੇ ਆਪਾਂ ਪੁਆਇੰਟ ਲੈਟ ਕਰਦੇ ਹਾਂ ਇੱਥੇ ਐਕਸ ਵਾਈ ਪਲੇਨ 'ਤੇ। ਕਿਵੇਂ, ਹੁਣ ਜਿਵੇਂ 875 ਤਿੱਕਰ ਵਾਈ ਜਾ ਰਿਹਾ,
ਤੇ ਐਕਸ ਜਾ ਰਿਹਾ 350 ਤੋਂ 525, ਮੈਂ 100-100 ਦਾ ਗੈਪ ਲੈ ਲਿਆ। ਵੇਖੋ ਕਿਵੇਂ ਐਕਸ ਐਕਸਿਸ ਤੇ 100-100 ਦਾ ਗੈਪ, 100, 200, 300, 400, ਥੋੜ੍ਹਾ ਹੋਰ ਅੱਗੇ ਵਧਾ ਲੈਂਦੇ ਇਹਨੂੰ, ਇਹ ਹੋ ਗਿਆ ਤੁਹਾਡਾ 500, ਇਹ ਹੋ ਗਿਆ ਤੁਹਾਡਾ 600। ਚੰਗਾ ਜੀ, ਤੇ ਹੁਣ ਐ ਕਿ ਆਪਾਂ ਗੱਲ ਕਰਦੇ ਆਪਣੇ ਵਾਈ ਐਕਸਿਸ ਦੀ, ਵਾਈ ਐਕਸਿਸ ਇਹਦੇ ਵਿੱਚ ਹੈ 700, ਇਹ 875, ਇਹ ਆਪਾਂ 200-200 ਦਾ ਗੈਪ ਲੈ ਲੈਂਦੇ ਹਾਂ। ਏਦਾਂ ਇੱਥੇ ਦੀ ਕਰ ਲੈਂਦਾ, ਦੇਖੋ ਮੈਂ 200, ਇਹ ਹੁਣ ਐਰ ਕੀ 400, ਐਰ ਕੀ ਇਹ 600, ਇੰਨੇ ਹੋ ਜਾਣਾ 800, ਇਹ ਹੋ ਜਾਊਗਾ 1000। ਇੱਥੇ ਰੁਕ ਗਏ ਆਪਾਂ, ਆਪਾਂ ਇਹ ਰਫ ਡਾਇਗਰਾਮ ਬਣਾ ਰਹੇ ਹਾਂ। ਓਕੇ ਜੀ, ਵੇਖੋ ਅੱਗੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਇਕੁਏਸ਼ਨ ਨੰਬਰ 1 ਦੇ ਗ੍ਰਾਫ ਦੀ, ਤੇ ਤੁਸੀਂ ਕੀ ਆਖੋਗੇ, 0,700 ਐਕਸ ਦਾ ਮਾਨ 0, ਵਾਈ ਦਾ 700, ਵਾਈ 700 ਕਿਤੇ ਇੱਥੇ ਹੀ ਪੈਣਾ ਨਾ, ਇੱਕਦਮ ਇੱਥੇ ਵਿਚਕਾਰਲੇ ਵਿਚਕਾਰਲੇ ਪਾਸੇ, 800 ਦੇ 700 ਦੇ, 800 ਦੇ 600 ਦੇ ਵਿੱਚ। ਚੰਗਾ, ਇਹਨੂੰ ਇੱਦਾਂ ਸਰਕਲ ਕਰ ਛੱਡੋ, ਇਹ ਹੋ ਗਿਆ ਤੁਹਾਡਾ ਇੱਕ ਪੁਆਇੰਟ। ਦੂਜਾ ਹੈਗਾ 525,0, ਐਕਸ ਦਾ ਮਾਨ 525। ਹੁਣ 525 500 600 ਤੀਕਰ ਦੇ ਵਿਚਕਾਰ ਕਿੱਥੇ ਪੈਣਾ, ਮੰਨ ਲਿਆ ਇੱਥੇ ਪੈ ਰਿਹਾ, ਇਹਨੂੰ ਵੀ ਸਰਕਲ ਕਰ ਦਿਓ ਇੱਦਾਂ। ਚੰਗਾ ਜੀ, ਹੁਣ ਕੀ ਕਰੀਦਾ ਆਪਾਂ, ਆਪਾਂ ਇਹਨਾਂ ਨੂੰ ਜੁਆਇਨ ਕਰ ਲੈਂਦੇ ਹਾਂ। ਵੇਖੋ ਇੱਦਾਂ, ਜਿਵੇਂ ਇਹ ਜੁਆਇਨ ਕੀਤੀ ਮੈਂ, ਇਹ ਤਾਂ ਨਹੀਂ, ਇੱਦਾਂ ਨਹੀਂ ਆ ਰਹੀ ਗੱਲ, ਬਣ ਗੱਲ ਇੱਦਾਂ ਨਹੀਂ ਬਣ ਰਹੀ। ਰੁਕੋ ਮੈਂ ਕਰਦਾ, ਇੰਜ ਬਣ ਜੂਗੀ ਗੱਲ, ਦੇਖੋ। ਚੰਗਾ ਜੀ, ਇਹਨੂੰ ਮਾੜਾ ਹੋਰ ਖਿੱਚ ਲੈਂਦੇ ਹਾਂ, ਇੱਕਦਮ ਪਰਫੈਕਟ ਬਣ ਜੂਗਾ। ਵੇਖੋ ਸਟ੍ਰੇਟ ਹੋ ਗਿਆ ਇੱਕਦਮ, ਇਹ ਹੋ ਗਏ ਹੁਣ ਤੁਹਾਡੀ ਲਾਈਨ ਦਾ ਗ੍ਰਾਫ। ਕਿਹੜੀ ਲਾਈਨ ਦਾ ਗ੍ਰਾਫ ਹੈਗਾ, ਪਹਿਲੀ ਇਕੁਏਸ਼ਨ 4x+2 3y ਇਕੁਅਲ ਟੂ 2100। ਚੰਗਾ ਜੀ, ਦੂਜੀ ਦੀ ਗੱਲ ਕਰਦੇ ਹਾਂ, ਜਿਸ ਐਕਸ ਦਾ ਮਾਨ 0 ਤੇ ਵਾਈ ਦਾ ਮਾਨ 875। ਐਕਸ ਦਾ ਮਾਨ 0, ਵਾਈ ਦਾ 875, 875 ਕਿੱਥੇ ਪੈਣਾ ਹੈ, ਵੇਖੋਗੇ 800 ਹੈ 900 ਤੇ ਕਿੱਥੇ ਇੱਥੇ ਹੀ ਪੈਣਾ ਹੈ ਵਿਚਕਾਰਲੀ ਪਾਸੇ। ਮੈਂ ਇਹਨੂੰ ਇੱਦਾਂ ਸਰਕਲ ਕਰਤਾ, ਡਾਰਕ ਕਰਤਾ, ਤੇ ਫਿਰ ਗੱਲ ਕਰਦੇ ਵਾਈ ਦਾ, ਐਕਸ ਦਾ ਮਾਨ 350, ਐਕਸ ਦਾ ਮਾਨ 350 ਕਿੱਥੇ ਇੱਥੇ ਪੈਣਾ ਆ ਕੇ। ਪੁਆਇੰਟਸ ਡਰੋ ਕਰ ਲਏ ਨਾ ਮੈਂ, ਕਿਉਂਕਿ ਵਾਈ 0 ਹੋਣਾ ਇੱਥੇ, ਤੇ ਹੁਣ ਤੁਸੀਂ ਕੀ ਕਰੋਗੇ, ਇਹਨਾਂ ਨੂੰ ਵੀ ਮਿਲਾ ਲਓਗੇ। ਆਪਾਂ ਇਹਨੂੰ ਵੀ ਮਿਲਾ ਲੈਂਦੇ ਹਾਂ ਜੀ, ਹੈਲੋ ਜੀ, ਮਿਲ ਗਿਆ। ਕੀ ਕੋਈ ਔਖੀ ਗੱਲ ਸੀਗੀ, ਇਹ ਮਾੜਾ ਜਿਹਾ ਐਡਜਸਟ ਕਰਿਓ ਥੋੜ੍ਹਾ, ਡੀਜੇਟੀ ਦੀ ਇੱਧਰ ਉੱਧਰ ਹੋ ਰਿਹਾ ਤਾਂ, ਠੀਕ ਹੈ। ਹੈਲੋ ਜੀ, ਡਰੋ ਹੋ ਗਿਆ, ਤੇ ਇਹਦੇ 'ਤੇ ਲਿਖ ਛੱਡੋ ਇਹਦੀ ਇਕੁਏਸ਼ਨ, ਕੀ ਹੈ ਇਹਦੀ ਇਕੁਏਸ਼ਨ, 5x+2y=1750। ਲਓ ਜੀ, ਦੋਨੋਂ ਗ੍ਰਾਫ ਆਪਾਂ ਡਰੋ ਵੀ ਕਰ ਛੱਡੇ ਨੇ। ਆਪਾਂ ਇੱਥੇ ਇੱਕ ਨਾ ਜਾਣ ਲੱਗੇ, ਬਸ ਇੱਥੇ ਇੱਕ ਫੋਰਮੈਲਿਟੀ ਵਾਸਤੇ ਇਹਨਾਂ ਪੁਆਇੰਟਾਂ ਦਾ ਕੋਆਰਡੀਨੇਟ ਲਿਖ ਕੇ ਜਾਂਦੇ ਹਾਂ। ਇਹ ਪੁਆਇੰਟ ਹੋ ਗਿਆ ਸਾਡਾ ਜਿੱਥੇ ਐਕਸ ਦਾ ਮਾਨ 350 ਤੇ ਵਾਈ 0, ਇਹ ਪੁਆਇੰਟ ਜਿੱਥੇ ਐਕਸ ਦਾ ਮਾਨ ਹੈ 525 ਤੇ ਵਾਈ 0, ਇੱਥੇ ਐਕਸ 0 ਤੇ ਵਾਈ ਦਾ ਮਾਨ ਹੈਗਾ 875, ਤੇ ਇਹ ਦੂਜਾ ਪੁਆਇੰਟ ਜਿਹੜਾ ਇੱਥੇ ਐਕਸ ਦਾ ਮਾਨ ਹੈ 0, ਵਾਈ ਦਾ ਮਾਨ ਹੈ 700। ਬਸ ਭਾਵੇਂ ਇਹਨਾਂ ਨੂੰ ਨਾਂ ਵੀ ਦੇ ਦਿਓ ਲੱਗੇ ਹੱਥ, ਬਸ ਸੋਹਣਾ ਲੱਗਦਾ ਵੇਖਣ 'ਚ, ਏ ਬੀ ਸੀ ਡੀ, ਬਸ ਐਵੇਂ ਰਫ ਜਿਹਾ ਡਾਇਗਰਾਮ ਬਣਾਉਣਾ ਹੁੰਦਾ ਆਪਾਂ, ਤੇ ਇਹ ਤੁਹਾਡਾ ਪੂਰੇ ਕੁਐਸਚਨ ਦਾ ਸੋਲੂਸ਼ਨ ਹੋ ਗਿਆ ਜੀ। ਚੰਗਾ ਜੀ, ਧੰਨਵਾਦ ਜੀ।